ਫਿਕਰਾਂ ਨੇ ਹਾਲਾ ਮਾਰ ਲਿਆ ਬੰਦਾ ਦੀ ਲਾਜ਼ ਨਾ ਮਜਾ ਨਾ ਉਹ ਬੱਸ ਕਰਿਆ ਕਰੋ ਐਸਪੀਐਲ ਲੱਗਿਆ ਟੁੱਟਦੇ ਵੇਖੇ ਅਰਸ਼ਾ ਤੋਂ ਤਾਰੇ ਭੂਲ ਜਾ ਕਹਿ ਕਰ ਮਾਰ ਤੇ ਉਸੇ ਦਿਨ ਦਿਆ ਤਾਂ ਉਸਨੇ ਮੁਝੇ ਬਾਤ ਕਰਕੇ ਤਾਂ ਬਸ ਤਸੱਲੀ ਕਰ ਐਸ ਪੀ ਨਾ ਲਾਲੀ ਕੁੜੇ ਫੋਲਦਾ ਏ ਦੁੱਖ ਸਾਡੀ ਜ਼ਿੰਦਗੀ ਦਾ ਹੁੰਦੀ ਤਾਂ ਗੱਲ ਹੋਰ ਹੋਣੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਦੇ ਵਿੱਚ ਜਿਹਦਾ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਗਗਨ ਲਾਲੀ ਅਫੀਸ਼ੀਅਲ ਯੂਟਿਊਬ ਚੈਨਲ ਸੋ ਵਲੋਗ ਦੀ ਕਰਤੀ ਆਪਾਂ ਸਟਾਰਟਿੰਗ ਪਹਿਲਾਂ ਸਟਾਰਟਿੰਗ ਨਹੀਂ ਸੀ ਕੀਤੀ ਵਲੋਗ ਦੀ ਹੁਣੇ ਆਪਾਂ ਸਟਾਰਟਿੰਗ ਕੀਤੀ ਆ ਐਂਡ ਕਰਨ ਤੋਂ ਬਾਅਦ ਸੋ ਸਾਰੇ ਜਣੇ ਵਲੋਗ ਦੇਖੋ ਤੁਹਾਨੂੰ ਵਧੀਆ ਲੱਗੂਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਸੋ ਦੇਖੋ ਵਲੋਗ ਆਪਾਂ ਨੂੰ ਲੱਗ ਗਈਆਂ ਕਿੱਥੇ ਐਂਡ अंकल आई बनाओ जिदा बस रेबन दी सारा पा देना एक बारी लगा लुगा दा नहीं ਫਿਕਰਾਂ ਨੇ ਹਾਲਾ ਮਾਰ ਲਿਆ ਮੈਨੂੰ ਤੇ ਉਹ ਬਸ ਕਰਿਆ ਕਰੋ ਇੱਕੋ ਹੀ ਗੱਲ ਵਾਰ ਵਾਰ ਫਿਕਰ ਕੋਈ ਨੀ ਗਾ ਸਾਰਿਆਂ ਦੀਆਂ ਚਿੱਟੀਆਂ ਦਾੜੀਆਂ ਅਸੀਂ ਲੋਕਾਂ ਨਾਲੋਂ ਫੇਰ ਵੀ ਠੀਕ ਹੈਗੇ ਆ ਲੋਕੀ ਤਾਂ ਬੁੱਢੇ ਜੇ ਲੱਗਦੇ 45 ਸਾਲ ਚ ਮੰਮਾ ਆਪਣਾ ਨਾਲ ਹੀ ਸਟਾਈਲ ਮਾਰਦਾ ਉਹ ਬਸ ਕਰਿਆ ਕਰੋ ਟੀਮ ਜਸਵਿੰਦਰ ਭੱਲਾ ਬਣਨ ਲੱਗ ਪਿਆ चलो बाहर ली कंट्री जे बैठा ही है ना अगला ठीक है ना लेंदा ना दिंदा ठीक है अपना खाई जंदा डाई जंदा मैं भी बैठ जंदा उत्ते जाके की ओदा नाम रखया बब्बू मान बब्बू मान दी फर्स्ट कॉपी बब्बू मान दी फर्स्ट कॉपी किने मैं बब्बू मान मैं फोटो दिखाई कमेंटा दे विच आया चाचा तुहाडा बब्बू मान लगदा बब्बू मान ते दिहाड़ी दा करोड़ कमाउंदा ना ते मिलना सारी दादी मैं कहंदे दादी मैं कहंदे एवें ना ब्लॉग बना के पा के ते ओ ना स्टडीया छड के चल जे जे उनू पता लग गया तो मैं जाने आवन लगे रिकॉर्ड भी करावांगे जे तुहानू लिरिक्स वधिया लगे पहला तुहानू ट्रेलर सुना देवांगे शायद ऐसे ब्लॉग च सुना दिए बाकी पूरा सीरियस होया पिया ਅਲਾ ਚੁਲਸਲਾ ਚਾਹ ਚੁਲਸਲਾ ਆ ਖਾਣ ਦਿਆ ਮੈਂ ਫਿਰ ਫਿਰ ਕੇ ਕੋਈ ਲੈ ਕੇ ਆ ਜਾ ਵਾਹ ਲੱਸੀ ਲੱਸੀ ਤੁਸੀਂ ਪੀਣੀ ਚਾਹ ਪਿਆ ਦੋ ਤੁਹਾਨੂੰ ਅੰਡੇ ਲੈ ਜਾਓ ਭਰਾਵਾ ਥੱਲੇ ਕਿੱਡਾ ਤੁਸੀਂ ਇਹਨੂੰ ਰਸੋਈ ਬਣਾਇਆ ਚੱਕ ਆ
ਚੱਪਲ ਪੈਣੀ ਆ ਹਾਂ ਤੈਨੂੰ ਹੁਣ ਹੱਗਣ ਆਪਾਂ ਤੂੰ ਜਾ ਕੇ ਦੋ ਘੰਟੇ ਹੋ ਗਏ ਪਹਿਲਾਂ ਨਿਕਲਿਆ ਨੀ ਬਾਤ ਯਾਰ ਹਰ ਵੇਲੇ ਜੁੱਤੀਆਂ ਮਾਰਦੇ ਰਹਿੰਦੇ ਦੱਸ ਇਹ ਤੁਹਾਡਾ ਤੁਹਾਡੇ ਅਲਮਾਰੀ ਵਾਸਤੇ ਦੇਖੋ ਇੰਨੀ ਧੁੱਪ ਚੱਲੇ ਆਪਾਂ ਬਾਹਰ ਲੈਣ ਚੱਲੇ ਆ ਅਜੇ ਉਹ ਰੋਟੀ ਖਾਣ ਡਿਆ ਮੁੰਡਾ ਗੱਭਰੂ ਜਵਾਨ ਛੇ ਫੁੱਟ ਗੱਭਰੂ ਹਜੇ ਭਾਈ ਡੇਢ ਵਜੇ ਆ ਧੀਰਾ ਹੈਗੀ ਤਕੀ ਦੀ ਦੁਕਾਨ ਆਪਾਂ ਦੋ ਵਜੇ ਤੋਂ ਪਹਿਲਾਂ ਪਹੁੰਚ ਜਾਣਾ ਤੇ ਅੱਜ ਕਰੇਲੇ ਬਣਾਉਣ ਲੱਗੇ ਯਾਰ ਤੁਹਾਡੀ ਅਲਮਾਰੀ ਨੂੰ ਕਿੰਨਾ ਕੁ ਦਿਨ ਲੱਗਣੇ ਆ ਇੰਨੀ ਬਾਹਰ ਗਰਮੀ ਤੋਂ ਸਮਾਨ ਲੈਣ ਦੇ ਹੈ ਜਿੰਨੇ ਮਰਜ਼ੀ ਲੱਗਣ ਮੇਰੀ ਅਲਮਾਰੀ ਆ ਮੇਰੀ ਅੱਛਾ ਕੋ ਤੁਸੀਂ ਮੇਰੇ ਰੀਚਾ ਲਾ ਕੇ ਬਣਾਉਣੀ ਹੈ ਹਾਂਜੀ ਤੇ ਪਰ ਇੰਨੀ ਗਰਮੀ ਬਾਹਰ ਤੁਹਾਨੂੰ ਤੇ ਦਾਦ ਮਾਂ ਦਾ ਖਾਓ ਬਣਾ ਅਕਰੇਲੀ ਨਾ ਬਣਾਓ ਹੋਰ ਕੋ ਬਣਾਓ ਵਧੀਆ ਜਿਹੀ ਸੇਬ ਸਬਜ਼ੀ ਬਣਾਓ ਭਿੰਡੀਆਂ ਬਣਾਓ ਭਿੰਡੀ ਸੇਬ ਬਣਾ ਲਈਏ ਸੇਬਾਂ ਦੀ ਸਬਜ਼ੀ ਕਿਹੜੀ ਹੁੰਦੀ ਹੈ ਸੇਬਾਂ ਦਾ ਕਸਟਰਡ ਤਾਂ ਮੈਂ ਸੁਣਿਆ ਇਹ ਸਬਜ਼ੀ ਪਹਿਲੀ ਵਾਰ ਸੁਣੀ ਹੈ ਸੇਬ ਤੇ ਭਿੰਡੀਆਂ ਬਣਾਓ ਭਿੰਡੀਆਂ ਬਹੁਤ ਸਵਾਦ ਹੈਗੇ ਭਿੰਡੀਆਂ ਜਦੋਂ ਮੈਂ ਬਣਾ ਦਿੱਤੀ ਨਾ ਚਲੋ ਰਹਿਣ ਨਹੀਂ ਦਿੰਦੇ ਚਲਾ ਚਲੀਏ ਓਏ ਆ ਜਾ ਸਮਾਨ ਲੈ ਆਈਏ ਬੀਬੀ ਅਲਮਾਰੀ ਫਿੱਟ ਕਰਾ ਦਈਏ ਪੂਰੀ ਫਿਰ ਵਿਹਲੇ ਹੋ ਜਾਈਏ ਆਹੋ ਮੁੰਡਿਆ ਛੇ ਫੁੱਟ ਗੱਭਰੂ ਜਵਾਨ ਲੈ ਆ ਤਾੜੀ ਮਾਰ ਕੇ ਤੂੰ ਗੱਭਰੂ ਵਾਲਾ ਕੰਮ ਖਤਮ ਕਰ ਲਿਆ ਚੱਲ ਚੱਲ ਚਲਾ ਐਕਟਿਵ ਤੂੰ ਚਲਾ ਮੈਂ ਵਲੋਗ ਬਣਾਉਣਾ ਵਾ ਤੂੰ ਚਲਾ ਚੱਲ ਤੈਨੂੰ ਪਸੀਨਾ ਕਿੰਨਾ ਆਉਂਦਾ ਵੇ ਘੜੀ ਕੇ ਪਿੱਛੇ ਤੇਰੇ ਪਸੀਨਾ ਲੱਕ ਪੂਰਾ ਗਿੱਲਾ ਹੋਇਆ ਹੁੰਦਾ ਘੱਟ ਖਾਇਆ ਕਰੋ ਫਿਰ ਸਮਾਨ ਚਲੋ ਚਲੀਏ ਤੇ ਹੁਣ ਉਹ ਹੌਲੀ ਚਲਾ ਭਰਾਵਾ ਕੀ ਹੋ ਗਈ ਗਿਆ ਤੈਨੂੰ ਲਿਆ ਮੈਂ ਚਲਾਉਣਾ ਭਰਾਵਾ ਵਲੋਗ ਬੰਦ ਕਰ ਲੈਣਾ ਮੈਂ ਇਹਨੂੰ ਮਰਨਾ ਤੈਨੂੰ ਪਤਾ ਹੈਗਾ ਪੁੱਤ ਤਾਂ ਲੈ ਕੇ ਇਹਨੂੰ ਕਿੱਧਰ ਜਾਣਾ ਇਹਨੂੰ ਅੰਨਾ ਹੋਇਆ ਵਾ ਚੱਲ ਹੌਲੀ ਹੌਲੀ ਜਾਣ ਦੇ ਐਸ ਪੀ ਐਲ ਲੱਗਿਆ ਜੇ ਉਹ ਸਾਲਾ ਅੱਗੋਂ ਕੋਈ ਆ ਵੀ ਜਾਂਦਾ ਹੁੰਦਾ ਜੀ ਬਸ ਬਸ ਚਲੋ ਤੁਹਾਨੂੰ ਮਿਲਦੇ ਹਾਂ ਦੁਕਾਨ ਤੇ ਜਗਾ ਕੇ ਕਹਿਣ ਡਿਆ ਜਾ ਕੇ ਲਓ ਜੀ ਬਾਜ਼ਾਰੋਂ ਹੋਏ ਤੇ ਪਹਿਲਾਂ ਗੇੜਾ ਸਾਡਾ ਵਿਅਰਥ ਹੀ ਗਿਆ ਭਾਜੀ ਕੀ ਯਾਰ ਇੰਨੇ ਗੇੜੇ ਬਣਾਉਂਦੇ ਤੁਸੀਂ ਲਿਆ ਦੋ ਜਲਦੀ ਉਹ ਕਿੱਥੇ ਸੈਂਪਲ ਤੁਸੀਂ ਸੈਂਪਲ ਖੋਲਿਆ ਵੀ ਨਹੀਂ ਅਜੇ ਤੱਕ ਭਾਈ ਬਾਹਰ ਪਤਾ ਕਿੰਨੀ ਗਰਮੀ ਹੈ 45 ਡਿਗਰੀ ਟੈਂਪਰੇਚਰ ਆ ਬਾਹਰ ਤੈਨੂੰ ਪਤਾ 45 ਡਿਗਰੀ ਸੈਲਸੀਅਸ ਕਿੰਨਾ ਹੁਣ ਮੈਂ ਆਪਣੇ ਵੀਰ ਨੂੰ ਸ਼ਹਿਰ ਘੁਮਾ ਕੇ ਲੈਣਾ ਵਧੀਆ ਸ਼ਹਿਰ ਵੇਖੀ ਤੈਨੂੰ ਮੈਂ ਤੂੰ ਜਲੰਧਰ ਦਾ ਜੋਤੀ ਚੌਂਕ ਵੇਖਿਆ ਕਦੀ ਵੇਖਿਆ ਜੋਤੀ ਚੌਂਕ ਕਦੀ ਨਹੀਂ ਵੇਖਿਆ ਨਾ ਅੱਜ ਤੈਨੂੰ ਉਹ ਵਿਖਾ ਕੇ ਲੈਣਾ ਚਲੋ ਜੀ ਇੱਕ ਗੇੜਾ ਸ਼ਹਿਰ ਵਿੱਚ ਹੋਰ ਨਹੀਂ ਬੱਲੀਏ ਇੱਕ ਗੇੜਾ ਸ਼ਹਿਰ ਵਿੱਚ ਹੋਰ ਲਓ ਜੀ ਫਾਈਨਲੀ ਸਮਾਨ ਮਿਲ ਗਿਆ ਇਧਰੋਂ ਹਾਂਜੀ ਗਿਣ ਕਿੰਨੇ ਪੀਸ ਗਿਆ ਪੰਜ ਛੇ ਸ਼ਦਾਈ ਹੈ ਥੋੜ੍ਹਾ ਸਿੱਧਾ ਥੋੜ੍ਹਾ ਸਿੱਧਰਾ ਮੇਰਾ ਵੀਰ ਗੁੱਸਾ ਨਹੀਂ ਕਰਨਾ ਠੀਕ ਹੈ ਸਿੱਧਰਾ ਜ਼ਿਆਦਾ ਨਾਟ ਇਹਨੇ ਗਿਣਤੀ ਦੇ 13 ਗਿਣੇ ਆ ਤੇ ਸੱਟ ਵੇਖੋ ਕਿੰਨੀ ਲਵਾ ਲਈ ਆ ਗੁਲੂਕੋਜ਼ ਲੋੜ ਆ ਤੈਨੂੰ ਸੱਟ ਬਹੁਤ ਲੱਗ ਗਈ ਆ ਮਜ਼ੇ ਲੈਂਦਾ ਮਜ਼ੇ ਵੇ ਮਜ਼ੇ ਤੂੰ ਵੀ ਬੜੇ ਲੈਣਾ ਮੈਂ ਹਿਸਾਬ ਲਾਇਆ ਤੇਰਾ ਰਹਿਣ ਦੇ ਭਰਾਵਾ ਹਾਂ ਕੀ ਕਹਿਣ ਡਿਆ ਪਾਣੀ ਕਿਸ 'ਚ ਨਹੀਂ ਹੁੰਦਾ ਮੈਂ ਕਿਹਾ ਹਵਾ ਵਾਲੀਆਂ ਕਹਿੰਦਾ ਇੰਨੀਆਂ ਟੂਟੀਆਂ ਲਾਈਆਂ ਪਾਣੀ ਕਿਸ 'ਚ ਨਹੀਂ ਹੁੰਦਾ ਇਹ 'ਚ ਹਵਾ ਹੁੰਦੀ ਬਸ ਹਵਾ ਵੀ ਨਹੀਂ ਆਉਣ ਡੀ ਕਹਿੰਦਾ ਜਿੰਨੇ ਗਰਮ ਪਾਣੀ ਨਾਲ ਨਹਾਉਣਾ ਇਹਦੇ ਥੱਲੇ ਹੋ ਜਾਏ ਹਾਂ ਵੇਰਾ ਫੇਰ ਜਿਹੜਾ ਨਹਾਉਣਾ ਇਹਦੇ ਥੱਲੇ ਹੋ ਜਾਏ ਤੇ ਜਿਹਨੇ ਨਹੀਂ ਨਹਾਉਣਾ ਜਿਹਨੇ ਨਹੀਂ ਨਹਾਉਣਾ ਉਹ ਥੱਲੇ ਕਿਉਂਕਿ ਇਹ 'ਚ ਪਾਣੀ ਸੋ ਫਾਈਨਲੀ ਆਖਿਰਕਾਰ ਹਮੇ ਸਮਾਨ ਮਿਲ ਗਿਆ ਹੈ ਔਰ ਹਮ ਅਭੀ ਘਰ ਕੋ ਚਲੇ ਹੈਂ ਔਰ ਚਲੋ ਘਰ ਕੋ ਚਲਤੇ ਹੈ ਤੂੰ ਮਾਮਾ ਕੀ ਕਰਨ ਲੱਗ ਗਿਆ ਵਾ ਮਾਰਸ਼ਲ ਆਰਟ ਖੇਡਣ ਲੱਗ ਗਿਆ ਵੱਖਰੀ ਤੂੰ ਇੱਧਰ ਆਓ ਕੀ ਕਰਨ ਡੇ ਹੋ ਤੁਮਕੋ ਅਕਲ ਕਾ ਘਾਟਾ ਹੈ ਇੱਧਰ ਆਓ ਮਾਮਾ ਕੋਈ ਤੁਮਕੋ ਐਸੇ ਚੂਕ ਕੇ ਮਾਰੇਗਾ ਜਿਹੜਾ ਮੈਂ ਉਸਕੇ ਆ ਮਾਰਨਾ ਹੈ ਬਾਅਦ ਕੀ ਮਾਰਨਾ ਹੈ ਤੁਸੀਂ ਇਹ ਮੈਂ ਨਹੀਂ ਬਾਅਦ ਵਿੱਚ ਮਾਰਨਾ ਹੈ ਜਦ ਤੂੰ ਐਸੇ ਡਿਗੇ ਪੜੇ ਹੋਗੇ ਸਹੀ ਸਾਈਡ ਪੇ ਤਾਂ ਕੀ ਮਾਰੂਗਾ ਨਾ 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 ਮਾਰੂੰਗਾ ਨਾ ਫਿਰ ਮੈਂ ਉਸਕੋ ਡਿਗ ਨੇ ਦੇਣਾ ਹੀ ਨਹੀਂ ਮੈਨੇ ਪਹਿਲੇ ਹੀ ਮਾਰ ਦੇਣਾ ਉਸਕੇ ਜਦ ਐਸੇ ਤੇਜ਼ ਸੇ ਗਾੜੀ ਆਏਗੀ ਉਹ ਐਸੇ ਤੁਝੇ ਠੀਕ ਹੈ ਨਾ ਬਾਹਰ ਗਰਮੀ ਬਹੁਤ ਹੋਣੇ ਆਪਾਂ ਜਾਣਾ ਬਾਹਰ ਬੀਬੀ
ਪੁੱਛ ਲਓ ਕੋਈ ਹੋਰ ਤੇ ਨਹੀਂ ਚਾਹੀਦਾ ਉਹ ਨਹੀਂ ਚਾਹੀਦਾ ਤੂੰ ਐਵੇਂ ਹੀ ਫੇਰ ਉਹੀ ਗੱਲ ਨਾ ਕਹੀ ਜਾਏ ਨਾ ਭਾਜੀ ਦੱਸੇ ਵੀ ਕਹਿ ਦੇਣਾ ਹਾਂ ਚਾਹੀਦਾ ਆ ਸੁਣ ਆ ਸੁਣ ਹੈਪੀ ਮਦਰਸ ਡੇ ਬਹੁਤ ਬੇਸ਼ਰਮ ਆਪਣੀ ਵਾਰੀ ਨਾ ਆਪਣੀ ਜਨਮ ਦਿਨ ਸਾਲ ਪਹਿਲਾਂ ਕੀਤਾ ਯਾਰ ਆ ਦੇਖੋ ਕਿੰਨਾ ਸੋਹਣਾ ਗਿਫਟ ਹੈ ਤੁਹਾਡੇ ਵਾਂਗੂ ਗੁਲਾਬੀ ਹੈ ਨਲਾਇਕ ਨਹੀਂ ਬਹੁਤ ਹੋਨਹਾਰ ਕੀ ਹੁੰਦਾ ਕਹਿੰਦੇ ਹੁੰਦੇ ਕੀ ਕਹਿੰਦੇ ਹੁੰਦੇ ਆ ਹੋਨਹਾਰ ਯਾਰ ਹੋਨਹਾਰ 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 ਲਾ ਦਾਓ ਦੇਖੋ ਆਪਣਾ ਜਨਮ ਦਿਨ ਹੈ ਨਾ ਸਵੇਰ ਦਾ ਸਾਲ ਪਹਿਲਾਂ ਸੁਣਾਉਣਾ ਸ਼ੁਰੂ ਕਰ ਦੇਣਾ ਹਜੇ ਇੱਕ ਨਿਕਲ ਕੇ ਜਾਣਾ ਆ ਉਹ ਤਾਂ ਅਗਲੇ ਮਹੀਨੇ ਸਾਡਾ ਜਨਮ ਦਿਨ ਹੋਣਾ ਹੈਪੀ ਮਦਰਸ ਡੇ ਅੱਜ ਪਹਿਲੇ ਤਲਾ ਮੁੰਡੇ ਨੂੰ ਬੜਾ ਨਹੀਂ ਕਹਿਣਾ ਮੁੰਡਾ ਦੇਖੋ ਕਿੰਨਾ ਮਿਹਨਤ ਕਰਦਾ ਸਵੇਰੇ 11 ਵਜੇ ਉੱਠਿਆ ਉਹ ਫੋਨ ਫੜ ਲੈਂਦਾ ਮੂੰਹ ਤੋਂ ਤੇ ਫੋਨ ਫੜਿਆ ਦੇਖਿਆ ਉਹਨੇ ਚਲਾਇਆ ਫਿਰ ਮਸੀਹ ਕਿਤੇ ਨਹਾਤਾ ਪਤਾ ਕਿੰਨੀ ਮਿਹਨਤ ਕੀਤੀ ਫਿਰ ਬੈਠਾ ਰੋਟੀ ਖਾਧੀ ਅੱਜ ਨਹਾਤਾ ਅੱਜ ਵਾਹ ਤੁਹਾਨੂੰ ਦੱਸਿਆ ਮੈਲ ਦਿਖੀ ਹੋਣੀ ਥੱਲੇ ਆਈ ਗਟਰ ਚ ਮੰਮਾ ਚੱਲੇ ਆ ਜਾ ਥੱਲੇ ਮੈਂ ਆਪਣਾ ਮੰਮਾ ਦਾ ਬਦਲ ਕੇ ਮਲਾਉਣ ਚੱਲੀ ਆ ਅੱਛਾ ਅੱਛਾ ਨਾਨੀ ਕੋ ਚੱਲੇ ਆ ਮੇਰੀ ਭੂਆ ਚੱਲੀ ਹਾਂਜੀ ਤੈਨੂੰ ਕੀ ਹੋ ਗਿਆ ਲੈ ਇਹ ਵੱਖਰਾ ਹੀ ਲੰਗੜਾ ਹੋ ਗਿਆ ਹੁਣ ਹਰ ਬੰਦੇ ਸੁੱਤੇ ਆ ਤੂੰ ਸੌਂਦਾ ਨਹੀਂ ਲੈਟਾਂ ਬੰਦ ਕਰਦੇ ਸਾਹਮਣੇ ਸੋਣਾ ਵਾ ਸਵੇਰ ਦੇ ਕੰਮ ਕਰਨ ਡੇ ਆ ਲਓ ਜੀ ਆਂਟੀ ਚੱਲੇ ਆ ਆਪਣੇ ਪੇਕੇ ਤੇ ਆ ਗਿਫਟ ਲੈ ਕੇ ਚੱਲੇ ਆ ਨਾਨੀ ਹੁਣ ਅੱਛਾ ਭੂਆ ਵਾਲਾ ਦੀ ਨਾਨੀ ਲਈ ਕੀ ਵਿਚਾਰੀ ਲੈ ਕੇ ਲੈ ਜਾਣਾ ਨਾਨੀ ਲਈ ਨਾਨੀ ਲਈ ਏਡੀ ਵੱਡੀ ਕੁੜੀ ਚੱਲੀ ਆ ਉਹ ਹੋ ਹੋ ਵਾਹ ਵਾਹ ਨਾਨੀ ਲਈ ਏਡੀ ਵੱਡੀ ਕੁੜੀ ਚੱਲੀ ਠੀਕ ਹੈ ਸ਼ੀਤੋ ਜੀ ਆ ਵੀ ਪੈਸੇ ਵੀ ਦੱਸਿਓ ਨਾ ਕਿੰਨਾ ਕਿੰਨਾ ਰੇਟ ਕਿੰਨਾ ਕਿੰਨਾ ਪੈਸੇ ਕਿੰਨੇ ਕਿੰਨੇ ਲੈਣੇ ਆ ਹੁਣ ਦੇ ਭੂਆ ਨੂੰ ਮੈਂ ਦਿਖਾ ਦੂੰਗਾ ਬਲੋਕ ਆ ਰਾਣੀ ਭੂਆ ਦਾ ਅੱਛਾ ਰਾਤੀ ਐਸ ਪੀ ਨੂੰ ਗਾਣੇ ਸੁਣਾਏ ਮੈਂ ਹਨਾ ਬੜਾ ਵਧੀਆ ਲੱਗਾ ਬਾਜੀ ਮੈਨੂੰ ਭੂਲ ਜਾ ਕਹਿ ਕਰ ਮਾਰ ਤੂੰ ਉਸੇ ਦਿਨ ਦੀ ਆ ਤਾਂ ਮੁਝਕੋ ਬਾਤ ਕਰਕੇ ਤਾਂ ਬਸ ਤਸੱਲੀ ਕਰ ਰਹੇ ਕਿ ਕੋਈ ਜਾਨ ਬਾਕੀ ਤਾਂ ਨਹੀਂ ਰਹਿ ਗਈ ਕਹੀਂ ਕੋਈ ਬਾਕੀ ਤਾਂ ਨਹੀਂ ਰਹਿ ਗਈ ਕੋਨ ਚ ਮੇਰੇ ਆ ਕੇ ਇਹ ਇਦਾਂ ਮੈਂ ਸੁੱਤਾ ਰਾਤੀ 3 ਵਜੇ ਐਸਪੀ ਰਾਤੀ 3 ਵਜੇ ਐਸਪੀ ਨੂੰ ਮੈਂ ਕਿੰਨੇ ਸੁਰ ਲਾਏ ਹਨਾ ਬੜੇ ਸੁਰ ਲਾਏ ਤੇ ਮਤਲਬ ਕਰਾਂਗੇ ਸਿੰਗਿੰਗ ਲਾਈਨ ਚ ਕੁਛ ਕਰਾਂਗੇ ਬੇੜਾ ਕਰਕੇ ਤੇ ਕਰਾਂਗੇ ਸੋ ਕੋਸ਼ਿਸ਼ ਪੂਰੀ ਆ ਕਿ ਆਪਾਂ ਇਸ ਵਲੌਗ ਦੇ ਵਿੱਚ ਇੱਕ ਅੱਧਾ ਗਾਣਾ ਇੱਕ ਅੱਧਾ ਪੈਰਾ ਜਿਹੜਾ ਲਿਖਿਆ ਹੋਇਆ ਬਸ ਇੱਕ ਤੇ ਸੁਣਾ ਦੇ ਚੱਲ ਇੱਕ ਸੁਣਾ ਦੇ ਮਤਲਬ ਗਾਣਾ ਸੁਣਾ ਦੇ ਬੁਲਾਇਆ ਨਾ ਹਰਲਾਲ ਬਾਟ ਦਾ ਹਰਲਾਲ ਬਾਟ ਤਾਰੇ ਇੱਧਰ ਆ ਜਾਓ ਫਿਰ ਇੱਧਰ ਆ ਜਾ ਬੇਟਾ ਦੱਸ ਖੜੇ ਆ ਜਾ ਆ ਜਾ ਹਰਲਾਲ ਬਾਟ ਦਾ ਸੁਣਾਵਾਂ ਸੇ ਸ਼ੁਰੂ ਕਿਦੋਂ ਦਾ ਮੇਰਾ ਹੋ ਜਾ ਤਾਰੇ ਤੇ ਤਾਰਾ ਚੁੱਪ ਨਹੀਂ ਨਹੀਂ ਅੱਜ ਕਾ ਤੋਂ ਸੱਜਣਾ ਹਾਸੇ ਗੁੱਸ ਗਏ ਵੇ ਬੁੱਲਾ ਤੋਂ ਖੰਭ ਲਾ ਕੇ ਪੋਰ ਵੀ ਉੱਡ ਗਏ ਇਸ਼ਕੇ ਦਿਆ ਫੁੱਲਾਂ ਤੋਂ ਪੈਂਦੇ ਨੇ ਵਾਪਸ ਕਰਨੇ ਕਰਜੇ ਜੋ ਪਿਆਰਾਂ ਦੇ ਜਿੱਥੇ ਜਦ ਰੱਬ ਖੋਲੂਗਾ ਹਿੱਸੇ ਜੋ ਯਾਰਾਂ ਦੇ ਲੇਖੇ ਪੈ ਜਾਣੇ ਦੇਣੇ ਉਦੋਂ ਫਿਰ ਸਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਕਿਉਂ ਬੇੜਾ ਗਰਕ ਰੋਣਾ ਮੇਰਾ ਦੁੱਖਾਂ ਦੀ ਗੱਲ ਕਰਦਾ ਉਹ ਗੱਲਾਂ ਰਹਿ ਗਈਆਂ ਦੁੱਖ ਗੱਲਾਂ ਹੀ ਰਹਿ ਗਈਆਂ ਨੇ ਗੱਲਾਂ ਸੀ ਗੱਲਾਂ ਸੀ ਜੋ ਗੱਲਾਂ ਹੀ ਰਹਿ ਗਈਆਂ ਏਦਾਂ ਕਹਿੰਦਾ ਬਹੁਤਾ ਨੀ ਇਸ਼ਕ ਜੋ ਕਰਿਆ ਸੁੱਚੀਆਂ ਨੀ ਨਿਤਾਂ ਚੋਂ ਬਣ ਬਾਲਾ ਸੀ ਇਸ਼ਕ ਜੋ ਕਰਿਆ ਸੁੱਚੀਆਂ ਨੀ ਨਿਤਾਂ ਚੋਂ ਬਣ ਕੇ ਹੁਣ ਲਫ਼ਜ਼ ਡੁੱਲੂਗਾ ਐਸ ਪੀ ਦੇ ਗੀਤਾਂ ਚੋਂ ਗੱਲਾਂ ਸੀ ਜੋ ਵੀ ਕਰੀਆਂ ਗੱਲਾਂ ਰਹਿ ਜਾਣਗੀਆਂ ਗੱਲਾਂ ਚੋ ਹਿੱਸੇ ਆਈਆਂ ਪੀੜਾਂ ਬਸ ਹਾਣ ਦੀਆਂ ਕਿਹੜੀ ਔਕਾਤ ਨੂੰ ਲੱਭਦੀ ਫਿਰਦੀ ਮੁਟਿਆਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਮਸੂਮ ਹੀ ਰਹਿ ਜਾਂਦੇ ਨੀ ਜ਼ਿੰਦਗੀ ਨੂੰ ਸਿੱਖਣਾ ਨਹੀਂ ਸੀ ਦੁੱਖਾਂ ਦੇ ਗੀਤ ਜੇ ਬਣ ਕੇ ਬਜ਼ਾਰੀ ਵਿਕਣਾ ਨਹੀਂ ਸੀ ਜ਼ਿੰਦਗੀਓ ਤੂੰ ਕੱਢਦੀ ਜੇ ਨਾ ਹੱਥ ਫੜ ਕੇ ਛੱਡਦੀ ਦਿਲ ਚੋ ਤੂੰ ਕੱਢਦੀ ਜੇ ਨਾ ਹੱਥ ਫੜ ਕੇ ਛੱਡਦੀ ਜੇ ਨਾ ਤੈਨੂੰ ਸੀ ਸੁਣਦੇ ਰਹਿਣਾ ਸਿੱਧੂ ਨੇ ਲਿਖਣਾ ਨਹੀਂ ਸੀ ਸੁਣ ਕੇ ਕਦੇ ਡੋਲੀ ਨਾ ਤੂੰ ਸੁਣ ਕੇ ਕਦੇ ਡੋਲੀ ਨਾ ਤੂੰ ਹੰਝੂ ਏ ਖਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਭੂਲ ਜਾ ਕਹਿ ਕਰ ਮਾਰ ਤੂੰ ਉਸੇ ਦਿਨ ਦਿਆ ਥਾ ਉਸਨੇ ਮੁਝੇ ਬਾਤ ਕਰਕੇ ਤਾਂ ਬਸ ਤਸੱਲੀ ਕਰ ਰਹੇ ਹੈ ਕਈ ਕੁਝ ਜਾਨ ਬਾਕੀ ਤੋਂ ਨੀ ਰਹਿ ਗਈ ਬਾਕੀ ਤੋਂ ਨੀ ਰਹਿ ਗਈ ਬਾਕੀ ਤੋਂ ਨੀ ਰਹਿ ਗਈ ਸੋ ਯਾ ਗਾਣਾ ਇਹ ਤਾਂ ਚਲੋ ਕਿਸੇ ਦਾ ਗਾਣਾ ਵਾ ਦੋ ਬੋਲ ਆਪਾਂ ਤੁਹਾਨੂੰ ਸੁਣਾ ਦਿੰਦੇ ਵੈਸੇ ਮੇਰੇ ਇੰਸਟਾਗ੍ਰਾਮ ਦੇ ਹਾਈਲਾਈਟ ਚ ਗਾਣਾ 3 ਸਾਲ ਪਹਿਲਾਂ ਆਪਾਂ ਗਾਇਆ ਹੋਇਆ ਵਾ ਹੁਣ ਸਿਰਫ ਕੰਪਲੀਟ ਕੀਤਾ ਵਾ ਸੋ ਗਾਣਾ ਹੈਗਾ ਸੀਗਾ ਝਾਕਦੀਆਂ ਸਾਨੂੰ ਟੇਡਾ ਟੇਡਾ ਜਾ ਕੇ ਜੇ ਨਿਭਣੀ ਸੀ ਹੁੰਦੀ ਤਾਂ ਪਿਆਰ ਕਾ ਤੋਂ ਪਾਇਆ ਜੇ ਨਿਭਣੀ ਸੀ ਹੁੰਦੀ ਤਾਂ ਪਿਆਰ ਕਾ ਤੋਂ ਪਾਇਆ ਸਾਡੇ ਇਸ਼ਕੇ ਦੇ ਵਰਕੇ ਸਵਾਹ ਕਰ ਗਈ ਐਸ ਪੀ ਨਾਲ ਲਾਲੀ ਕੁੜੇ ਫੋਲਦਾ ਏ ਦੁੱਖ ਸਾਡੀ ਜ਼ਿੰਦਗੀ ਦਾ ਕੁੜੀਏ ਧੁੰਦਾ ਕਰ ਗਈ ਐਸ ਪੀ ਨਾਲ ਲਾਲੀ ਕੁੜੇ ਫੋਲਦਾ ਏ ਦੁੱਖ ਸਾਡੀ ਜ਼ਿੰਦਗੀ ਦਾ ਕੁੜੀਏ ਧੁੰਦਾ ਕਰ ਗਈ ਇਹ ਗਾਣਾ ਇਹ ਗਾਣਾ ਸੀਗਾ ਤਿੰਨ ਸਾਲ ਪੁਰਾਣਾ ਗਾਣਾ ਆਪਾਂ ਇੱਥੇ ਸੋਫੇ ਤੇ ਬਹਿ ਕੇ ਗਾਇਆ ਸੀਗਾ 3 ਸਾਲ ਪਹਿਲੀ ਵਾਰ ਮਿਲੇ ਸੀ ਉਦੋਂ ਆਪਾਂ ਸੋ ਆਹ ਗਾਣਾ ਆਪਾਂ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਕਿ ਰਿਕਾਰਡ ਕਰਾਈਏ ਕਿ ਏਦਾਂ ਪੂਰਾ ਗਾਈਏ ਠੀਕ ਆ ਵੈਸੇ ਆਪਾਂ ਏਦਾਂ ਵੀ ਗਾ ਹੀ ਦੇਣਾ ਉਦਾਂ ਤਾਂ ਚੱਲਣ ਡਿਆ ਵਾ ਹੋਰ 2-4 ਗਾਣੇ ਆ ਸੋ ਆਪਾਂ ਰਿਕਾਰਡ ਕਰਾਉਣ ਦੀ ਕੋਸ਼ਿਸ਼ ਕਰਾਵਾਂਗੇ ਬਾਰੀ ਦਿਖਾ ਦੀ ਸੱਚ ਬਾਰੀ ਆਪਣੀ ਬਣ ਗਈ ਓਕੇ ਰਿਕਾਰਡ ਹੋ ਗਈ ਬੀਬੀ ਨੇ ਰੰਗ ਰੁੰਗ ਕਰ ਲਿਆ ਆਪ ਹੀ ਅੱਜ ਤੇ ਕਾਹ ਖਾਨਾ ਸੀਗਾ ਠੀਕ ਆ ਓਕੇ ਰਿਕਾਰਡ ਹੋ ਗਈ ਹਾਂ ਤੁਸੀਂ ਕੀ ਕਹਿੰਦੇ ਸੀਗੇ ਮੈਂ ਤਾਂ ਮੇਰਾ ਪੁੱਤ ਕਹਿੰਦਾ ਹੁੰਦਾ ਸੀ ਮਾਂ ਤੇਰੇ ਪੁੱਤ ਨੇ ਸਟਾਰ ਬਣ ਜਾਣਾ ਬਾਪੂ ਤੇਰੇ ਪੁੱਤ ਮਾਂ ਆਪਣੇ ਲੋ ਪ੍ਰਮੋਟ ਕਰ ਲਈ ਆਪਣੇ ਲੋ ਬਾਬਾ ਦੱਸੇ ਨਾ ਗੱਲ ਉਹ ਬੇਬੇ ਤੇ ਬਾਪੂ ਤੇਰੇ ਪੁੱਤ ਨੇ ਸਟਾਰ ਬਣ ਜਾਣਾ ਏ ਨੌਕਰੀ ਤਾਂ ਹੈ ਨਹੀਂ ਕਲਾਕਾਰ ਬਣ ਜਾਣਾ ਏ ਬੇਟਾ ਸਿੱਖਾ ਦਿਨਾਂ ਚ 1000 ਬਣ ਜਾਣਾ ਏ ਬਾਪੂ ਤੇਰੇ ਪੁੱਤ ਨੇ ਉਹ ਬਾਪੂ ਤੇਰੇ ਪੁੱਤ ਨੇ ਸਟਾਰ ਬਣ ਜਾਣਾ ਏ ਇਹ ਗਾਣਾ ਸੀਗਾ ਚਲੋ ਵਲੌਗ ਰਾਤੀ ਮਾਹੌਲ ਬਣਾ ਕੇ ਜੋ ਆਏ ਸੀਗੇ ਕਹਿੰਦਾ ਰਾਤੀ ਮਾਹੌਲ ਬਣਿਆ ਮੈਂ ਕਿਹਾ ਰਾਤੀ ਮਾਹੌਲ ਬਣਾ ਕੇ ਜੋ ਆਏ ਸੀਗੇ ਜਦੋਂ ਬੰਦਾ ਹੁਣ ਆਪਾਂ ਜਿੱਦਾਂ ਹੁਣ ਮੈਂ ਐਸ ਪੀ 2-4 ਗਾਣੇ ਗਾਏ ਹੁਣ ਪੂਰੀ ਫਾਰਮ ਚ ਆਏ ਹੋਏ ਆਪਾਂ ਹੁਣ ਜਿੰਨੇ ਮਰਜ਼ੀ ਗਵਾਈ ਜਾਓ ਠੀਕ ਆ ਗਵਾਈ ਜਾਓ ਭਾਵੇਂ ਹੁਣ ਵਲੌਗ ਬੜਾ ਲੰਬਾ ਹੋ ਜਾਣਾ ਹੁਣ ਆਪਾਂ ਸੋਚਿਆ ਵਾ ਹੁਣ ਕਿ ਆਪਾਂ ਜਾਣਾ ਵਾ ਨਾਨਕੇ
ਉੱਥੇ ਨਹਿਰ ਦੇ ਕੰਢੇ ਖੜੇ ਹੋ ਕੇ ਗੱਡੀ ਦੀਆਂ ਲਾਈਟਾਂ ਜਗਾ ਕੇ ਰਾਤ ਦਾ ਟਾਈਮ ਹੋਣਾ ਹੱਥ ਚ ਗਲਾਸ ਫੜ ਕੇ ਉਹਦੇ ਚ ਐਪੀ ਪਾ ਕੇ ਮਤਲਬ ਪੂਰੀ ਪੈਗ ਵਾਲੀ ਫੋਮ ਬਣਾ ਕੇ ਵੱਡਾ ਮਾਮਾ ਨਾਲ ਬਿਠਾ ਲਿਓ ਐਪੀ ਗਾਲੀ ਪੋੜੀ ਬੋਤਲ ਹੀ ਰੂੜੀ ਮਾਰ ਕੇ ਨਾਲ ਰੱਖਣੀ ਤੇ ਗਲਾਸ ਫੜ ਕੇ ਗੱਡੀ ਦਾ ਲਾਈਟ ਆਨ ਕਰਦੇ ਰਾਤ ਦਾ ਟਾਈਮ ਹੋਣਾ 12 1 ਵਜੇ ਦਾ ਠੀਕ ਆ ਤੇ ਨੇਰ ਪੂਰਾ ਗੱਡੀ ਦੀ ਲਾਈਟ ਆਨ ਮਾਮੇ ਨੂੰ ਨਾਲ ਹੀ ਖੜੀ ਹੋਈ ਬੜਾ ਮਜਨੂ ਰਿਹਾ ਆਪਣੇ ਜਮਾਨੇ ਦਾ ਮਜਨੂ ਮਜਨੂ ਉਦੋਂ ਆਪਾਂ ਤੁਹਾਨੂੰ ਗਾਣੇ ਸੁਣਾਉਣੇ ਆ ਮਾਮੇ ਦੇ ਫੇਰ ਲੋਕ ਤੇ ਤਾਂ ਦੱਸੂਗੇ ਉਦੋਂ ਫੇਵਰਟ ਜਿਹੜੇ ਗਾਣੇ ਆਪਾਂ ਗਾਉਣੇ ਆ ਇੱਕ ਤਾਂ ਹੈਗਾ ਵਾ ਕੀ ਕਹਿੰਦੇ ਆਹੀ ਬਣਾਣਾ ਹੋਣਾ ਗਿਆ ਰਾਹ ਵਾਲਾ ਤਾਂ ਹੋ ਗਿਆ ਇੱਕ ਕੈਨੇਡਾ ਵਾਲਾ ਇੱਕ ਕੈਨੇਡਾ ਵਾਲਾ ਇੱਕ ਕੁਲਵੀਰ ਝੰਜਰ ਵਾਲਾ ਕਿਹੜਾ ਸੀ ਕੁਲਵੀਰ ਝੰਜਰ ਵਾਲਾ ਕਿੱਦਾਂ ਸੀ ਭੁੱਲ ਗਿਆ ਮੈਨੂੰ ਆਪਣਾ ਹੀ ਝੰਜਰ ਨੇ ਲਿਖਣਾ ਨਹੀਂ ਸੀ ਫੁੱਟੇ ਮੁੱਤੇ ਰਾ ਚੁੱਟਾ ਗਾਣਾ ਤੁਝਾ ਕੁਲਵੀਰ ਤੇਰੇ ਬਿਨ ਜੀ ਨਹੀਂ ਲੱਗਦਾ ਕਹਿਣ ਵਾਲੀ ਨਾ ਰਹੀ ਚਾਰ ਸ਼ੋ ਟੁੱਟ ਗਏ ਪ੍ਰਭਾ ਉੱਥੇ ਜਾ ਕੇ ਸੁਣਾਉਣਾ ਤੁਸੀਂ ਦੱਸਣਾ ਹੀ ਗਾਣਾ ਕਿਹਾ ਸੁਣਨਾ ਤਾਰੇ ਦੇ ਜੇ ਤੂੰ ਪੁੱਛਦੀ ਤਾਂ ਟ੍ਰੈਲ ਕਰ ਜੋ ਰੋਦਾ ਹੁੰਨੇ ਨਹੀਂ ਸੀ ਜ਼ਿੰਦਗੀ ਦਾ ਕੀ ਹੈ ਲੰਘ ਜਾਊਗੀ ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਆ ਪੂਰਾ ਗਾਣਾ ਗਾਵਾਂਗੇ ਆਪਾਂ ਨਹਿਰ ਤੇ ਖੜੇ ਹੋ ਗਏ ਤੇ ਆਪਣੇ ਵੀ ਲਿਖੇ ਹੋਏ ਗਾਣੇ ਗਾਵਾਂਗੇ ਵਲੌਗ ਸਿਰਫ ਉਹਦੇ ਤੇ ਹੋਣਾ ਮੈਂ ਆਪਣੀ ਕਾਪੀ ਲਿਆ ਨਾ ਫਿਰ ਗਾਣੇ ਨਹਿਰ ਤੇ ਜਾ ਕੇ ਗਾਉਣਾ ਹੈ ਸੋ ਤੂੰ ਤਾਂ ਬੋਲੀਆਂ ਬੋਲ ਜੋ ਕੇ ਗਾਣਾ ਬਾਅਦ ਚ ਦੇ ਦੇ ਐਂਡ ਕਰਨਾ ਸੋ ਬਾਬੇ ਵਲੌਗ ਦੀ ਕਰਦੇ ਆਪਾਂ ਇੱਥੇ ਐਂਡਿੰਗ ਤੁਹਾਨੂੰ ਵਲੌਗ ਵਧੀਆ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਾ ਜੇ ਵਲੌਗ ਵਧੀਆ ਲੱਗਾ ਤੇ ਜ਼ਰੂਰ ਦੱਸਿਓ ਤੇ ਗਾਣਾ ਤੁਹਾਨੂੰ ਵਧੀਆ ਲੱਗਾ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ ਕਿ ਆਪਾਂ ਰਿਕਾਰਡ ਕਰਾਈਏ ਕਿੱਦਾਂ ਕੀ ਆ ਫਲਾਣਾ ਫਾਲਤੂ ਆ ਜੋ ਵੀ ਆ ਠੀਕ ਆ ਸੋ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਨਵੇਂ ਵਲੌਗ 'ਚ ਬਾਏ ਬਾਏ ਟੇਕ ਕੇਅਰ